अस्सलाम वालेकुम नाज़रीन, एटोमेटिक न्यूज में मैं हूँ हमेरा और मैं हूँ सुमेरा। आजाद उम्मीदवारों के साथ काफी खिंचातुई हो रही है। नूलिक वाले अपनी सीटें बढ़ाने के लिए अपनी तरफ को खींच रहे हैं और पीटीआई वाले अपनी तरफ को खींच रहे हैं। आओ नाज़रीन पूछते हैं अपने नुमाइंदा फैसल से कि कितने आजाद उम्मीदवार नून लीग में और कितने आजाद उम्मीदवार पीटीआई में चले गए हैं। जी फैसल, ਕਸਮੇ ਕੀ ਮਿਹਨਤ ਕਸ਼ ਪਿੰਡਿਆਂ ਦੇ ਉੱਤੇ ਤੁਸੀਂ ਸੋਹਣੇ ਲੇਡੀ ਸੂਟ ਪਾਏ ਦੋਵਾਂ ਨੇ। ਹਾਂ ਫੈਸਲ, ਮੇਰੀ ਗੱਲ ਸੁਣ, ਤੂੰ ਹੋਰ ਬਾਹਰਲੀਆਂ ਗੱਲਾਂ ਘੱਟ ਕਰਿਆ ਕਰ। ਅੱਛਾ ਜਿਹੜੀ ਮੈਂ ਪੁੱਛਦੀ ਹੁੰਦੀ ਉਹ ਕਿਉਂ ਨਹੀਂ ਤੂੰ ਕਰਦਾ? ਅੱਛਾ ਹਾਂਜੀ, ਮੈਂ ਕਹਿ ਰਿਹਾ ਸੀ ਜੀ ਕਿ ਜਿਹੜੇ ਆਜ਼ਾਦ ਉਮੀਦਵਾਰ ਨੇ ਨਾ, ਜਿਹੜੇ ਇਸ ਇਲੈਕਸ਼ਨ 'ਚ ਆਜ਼ਾਦ ਖਲੋ ਕੇ ਜਿੱਤੇ ਨੇ, ਹਾਂ ਉਹਨਾਂ ਨੂੰ ਜਿਹੜੇ ਜਹਾਂਗੀਰ ਤਰੀਨ ਨੇ, ਹਾਂ ਹਾਂ, ਇੱਕ ਤਾਂ ਤੁਹਾਡੇ ਨਾਲ ਬੈਠੀ ਹੈ ਨਾ ਬਦਤਰੀਨ। ਨਹੀਂ ਵੇ ਨਾ, ਉਹ ਇਹ ਤਾਂ ਬੜੀ, ਉਹਦੇ ਤੋਂ ਮੁਤਾਸਰ ਆ ਜਹਾਂਗੀਰ ਤਰੀਨ ਤੋਂ। ਹਾਂਜੀ, ਉਹ ਜਹਾਂਗੀਰ ਤਰੀਨ ਨੇ ਨਾ ਜੀ, ਉਹਨਾਂ ਨੇ, ਹਾਂ ਉਹਨਾਂ ਨੇ ਜਨਾਬ ਜਹਾਜ਼ ਜਿਹੜਾ ਨਾ ਆਪਣਾ ਇੰਜ ਰੋਡ 'ਤੇ ਪਾਇਆ ਜਿਵੇਂ 11 ਨੰਬਰ ਵੈਗਨ ਪਾਈ ਹੁੰਦੀ ਖਲਾਅ ਦੇ ਵਿੱਚ ਹੀ। ਹਰ ਉਮੀਦਵਾਰ ਦੇ ਘਰ ਜਾਂਦੇ ਨੇ, ਉਹਨੂੰ ਪੁੱਛਦੇ ਨੇ ਕਿੱਥੇ ਆਓ, ਕਹਿੰਦਾ ਜੀ ਮੈਂ ਤੇਰਾ ਵਾਸ਼ਰੂਮ 'ਚ ਆ। ਕਹਿੰਦੇ ਜਿੱਦੀ ਜਿੱਦੀ ਬਾਹਰ ਆ ਜਾ, ਮੈਂ ਬਾਹਰ ਖੜਾ ਜਹਾਜ਼ ਲੈ ਕੇ। ਉੱਥੋਂ ਹੀ ਚੁੱਕਦੇ ਨੇ ਉਹਨੂੰ, ਹੱਥ ਵੀ ਨਹੀਂ ਧੋਣ ਦਿੰਦੇ ਬਾਹਰ ਆ ਗਿਆ ਵਿਚਾਰੇ ਨੂੰ। ਓਏ ਲਾਵੇ, ਉਹ ਤਾਂ ਜਹਾਜ਼ ਦੇ ਵਿੱਚ ਆਜ਼ਾਦ ਉਮੀਦਵਾਰਾਂ ਨੂੰ ਐਂ ਚੁੱਕੀ ਲਿਆਉਣ ਡਿਆ ਵਾ ਜਿਵੇਂ 11-22 ਵਾਲੇ ਮਰੀਜ਼ ਚੁੱਕ ਕੇ ਲਿਆਉਂਦੇ ਆ। 100 ਦੇ ਤੇਲ 'ਚ 2 ਆਜ਼ਾਦ ਉਮੀਦਵਾਰ ਚੁੱਕ ਕੇ ਲੈ ਆਉਂਦਾ ਜਹਾਜ਼ ਦੇ ਵਿੱਚ। ਓਏ ਲਾ ਨਹੀਂ, ਉਹ ਤਾਂ 50,000 ਰੁਪਏ ਆਜ਼ਾਦ ਉਮੀਦਵਾਰ ਪੈ ਗਿਆ, ਇੰਨਾ ਸਸਤਾ। ਹਾਂ ਬਾਜੀ, ਹਮੇਰਾ ਇੰਜੀ ਆ। ਹਾਂ ਹਾਏ ਫੈਸਲ, ਫੈਸਲ ਮੈਨੂੰ ਤਾਂ ਹੈਰਾਨਗੀ ਇਸ ਗੱਲ ਦੀ ਆਉਂਦੀ ਵੀ ਚੰਗਾ ਭਲਾ ਅਮੀਰ ਤਰੀਨ ਬੰਦਾ ਵਾ ਤੇ ਕੀ ਕੰਡਕਟਰ ਬਣਿਆ ਹੋਇਆ ਵਾ ਪੀਟੀਆਈ ਵਾਸਤੇ। ਹਾਂਜੀ, ਲਈ ਜਾ ਰਹੇ ਨੇ ਚੁੱਕ ਚੁੱਕ। ਅੱਛਾ ਮਹਿਰਾ, ਤੇਰੇ ਵਾਲ ਹੈਗੇ ਆ ਨਾਲ ਦੀ ਤਾਂ ਕੀ ਬੇੜੇ ਗਰਕ ਹੋਏ ਨੇ, ਕੀ ਗੱਲ ਹੈ? ਬਸ ਮੈਂ ਤੈਨੂੰ ਕੀ ਦੱਸਾਂ ਬੇ, ਨਹੀਂ ਇਹਦੇ ਵਾਲ ਕਿੱਥੇ ਰਹੇ? ਇਹਦੇ ਵੀ ਵਾਲ ਰਹਾ ਦੇ ਤੂੰ, ਕਿਤੇ ਜਿਤਾਬ ਰੱਖੇ ਇਹਦੇ ਵੀ ਰਹਾ ਦੇ ਤੂੰ। ਨਹੀਂ, ਇਹਨੇ ਵਾਲ ਰੱਖੇ ਹੋਏ ਆ। ਕਿੱਥੇ? ਆ ਮੇਰੇ ਕੋਲ ਪਏ ਇੱਥੇ, ਨਹੀਂ ਕੱਢ ਨਹੀਂ ਵਾਲ ਬਾਹਰ। ਯਾਰ ਮੇਰਾ, ਤੂੰ ਤਾਂ ਚਲੋ ਠੀਕ ਆ, ਆ ਗੰਜੀ ਖੁਸਰੀ ਨੂੰ ਤਾਂ ਬੰਦ ਕਰ। ਤੈਨੂੰ ਕਿੰਨੀ ਵਾਰੀ ਸਮਝਾਇਆ ਛੇ ਸਰ, ਆਪਣਾ ਡਾਂਸ ਮਾੜੇ ਕੰਟਰੋਲ ਰੱਖਿਆ ਕਰ। ਕਿੱਥੋਂ ਚੁੱਕੀ ਏ ਤੂੰ ਇਹ? ਮੈਂ ਬਸ ਮੇਰੀ ਭੈਣ ਮੈਨੂੰ ਪੱਤਿਆਂ ਚੋਂ ਲੱਭੀ ਆ। ਬਾਜੀ ਸਮੈਰਾ ਨਹੀਂ ਰਿਹਾ ਜਾਂਦਾ ਹੁਣ ਮੇਰੇ ਕੋ, ਮੇਰਾ ਕੀ ਕਸੂਰ? ਉਹ ਨਹੀਂ ਰਿਹਾ ਜਾਂਦਾ ਤੇ ਸਾਡੇ ਕੋ ਵੀ ਟੀਵੀ ਦੇ ਸਾਹਮਣੇ ਨਹੀਂ ਰਿਹਾ ਜਾਂਦਾ ਫਿਰ ਜਦੋਂ ਇਦਾਂ ਤੂੰ ਕਰਦੀ। ਉਹ ਮੇਰਾ ਇਹਨੂੰ ਕਿਤੇ ਬਦਲ ਕੋਈ ਹੋਰ ਲੈ। ਮੈਂ ਨਹੀਂ ਹੋਰ, ਕਿਉਂ? ਮੇਰੀ ਭੈਣ ਆ, ਮੇਰਾ ਹੱਥ ਬਣਾਉਣ ਵਾਸਤੇ ਆਉਂਦੀ ਆ। ਕਿਤੇ ਸਕੂਲੇ ਪਾ ਕਿਤੇ ਪੜ੍ਹਾਈ ਲਿਖਾਈ ਕਰੇ। ਮੇਰੀ ਤੇ ਐਜੂਕੇਸ਼ਨ ਤੁਹਾਨੂੰ ਪਤਾ ਨਹੀਂ ਹੈ, ਮੈਂ ਤੇ ਬੀਐਸਸੀ ਕੀਤੀ ਆ, ਮੇਰਾ 3rd ਸਮੈਸਟਰ ਜਾ ਰਿਹਾ ਵਾ। 3rd ਸਮੈਸਟਰ ਨਹੀਂ, ਤੂੰ ਕਿਤੇ 3rd ਕਲਾਸ ਸਮੈਸਟਰ ਚ ਪੜ੍ਹ ਰਹੀ ਮੈਨੂੰ ਲੱਗ ਰਿਹਾ। ਮੇਰਾ ਤੂੰ ਮੇਰੇ ਨਾਲ ਗੱਲ ਕਰਿਆ ਕਰ, ਮੇਰੇ ਤੂੰ ਜ਼ਰਾ ਦਿਲ ਨੂੰ ਕਰੀਬ ਹੋ ਜਾ ਥੋੜੀ। ਮੈਂ ਤੈਨੂੰ ਕਹਿੰਦੀ ਆਪਣੇ ਨਾ ਜ਼ਰਾ ਆਪਣੀ ਅੱਖਾਂ ਸਹੀ ਕਰ ਲੈ ਤੂੰ। ਅੱਛਾ ਬਾਜੀ, ਚਾਮਕਾ ਹੀ ਬਣ ਗਿਆ ਤੇਰਾ ਤੇ। ਨਹੀਂ ਨਾਟੂ ਹੋ ਨਹੀਂ, ਮੈਂ ਇਹਨੂੰ ਪੁੱਛਦੀ ਹਾਂ ਕੀ ਆਵੇ ਤੈਨੂੰ ਕਰਾ ਇਹਨੂੰ ਪਰੇ ਬਿਲੀ ਕਲਾਮ ਕਰੀ ਜਾਂਦਾ ਵਾ ਮੇਰੇ ਨਾਲ। ਮੈਂ ਤੈਨੂੰ ਫਰੈਂਡਸ਼ਿਪ ਕਰ, ਤੂੰ ਮੇਰੀ ਮਸ਼ਹੂਰ ਕਰ। ਕੀ ਵੇ, ਕਿਉਂ ਮੈਂ ਕਿਉਂ ਕਰਾਂ ਵੇ ਮੈਂ ਤੇਰੇ ਨਾਲ ਖਬਰਾਂ? ਅੱਛਾ ਨਹੀਂ, ਤੂੰ ਮੇਰੀ ਮਸ਼ਹੂਰ ਕਰ ਗਈ, ਤੇਰੀ ਸ਼ਕਲ ਮਿਲਦੀ ਕਸਮੇ, ਮੈਂ ਤੈਨੂੰ ਸਹੀ ਦੱਸਦਾ। ਅੱਛਾ, ਮੇਰੇ ਤੇ ਤਾਂ ਨਜ਼ਰ ਪੈਂਦੀ ਨਹੀਂ ਕਿਸੇ ਦੀ, ਪਤਾ ਨਹੀਂ ਤੇਰੇ ਤੇ ਨਜ਼ਰ ਨਹੀਂ, ਤੇਰੇ ਤੇ ਲਾਂਤ ਪੈ ਸਕਦੀ, ਪਾ ਦਿਆਂ ਚਲੋ ਨਿਕਲੋ। ਇਮਰਾਨ ਖਾਨ ਆਪਣੇ ਖੁਆਬੋਂ ਕੀ ਮੰਜ਼ਿਲ ਸੇ ਕੁਝ ਦਿਨੋਂ ਕੀ ਦੂਰੀ ਪਰ ਹੈ, ਕਿਉਂਕਿ ਉਹ ਪਾਕਿਸਤਾਨ ਮੇਂ ਪਹਿਲੀ ਬਾਰ ਵਜ਼ੀਰ ਆਜ਼ਮ ਬਣਨੇ ਜਾ ਰਹੇ ਹੈ। ਮਜ਼ੀਦ ਜਾਣਤੇ ਹੈ ਆਪਣੇ ਨੁਮਾਇੰਦਾ ਥੱਥਾ ਸੇ। ਜੀ ਥੱਥੂ, ਵੇ ਥੱਥੇ ਕਿੱਥੇ ਮਰ ਗਿਆ ਵਾ, ਫੋਨ ਕਿਉਂ ਨਹੀਂ ਚੁੱਕਣ ਡਿਆ ਨੀ? ਹੈਲੋ, ਹਾਂ ਹੈਲੋ ਥੱਥੇ। ਹਾਂਜੀ ਹਾਂਜੀ, ਆ ਥੱਥਾ ਨਾ ਤਿਆਤ ਲੋ, ਮੇਰਾ ਨਾਥਲ ਮੇਰਾ ਨਾਂ ਲਿਆ ਤਰੋ ਯਾਰ। ਹਾਂ ਥੱਥੋ ਦੀ ਦਾ। ਚੱਲ ਤੂੰ ਬਾਕੀ ਗੱਲਾਂ ਛੱਡ, ਤੂੰ ਥੱਥੂ ਮੈਨੂੰ ਇਹ ਦੱਸ ਵੀ ਇਮਰਾਨ ਖਾਨ ਕਿੰਨੀਆਂ ਤਿਆਰੀਆਂ ਕਰ ਰਹੇ ਨੇ ਆਪਣੇ ਘਰ ਦੇ ਵਿੱਚ? ਬਹੁਤ ਤਿਆਰੀਆਂ ਤਾਦੇ ਪੇ, ਇਮਰਾਨ ਖਾਨ ਸਾਹਿਬ ਨੇ ਤੱਪਰੇ ਵੀ ਨਵੇਂ ਥਵਾ ਲਏ ਆ, ਉੱਤੋਂ ਲੋਹ ਛੇਪਤਾ ਦਿਆ ਤੇ ਨਾਈ ਲੋਹ ਤੇ ਧਾਲ ਆਉਂਦਾ ਆਦੇ, ਉਹਨਾਂ ਦਾ ਫਿਸਲ ਤਾਤੇ ਦਾਂਦਾ, ਉਹਨਾਂ ਦਾ ਤੇਲਾ ਜਿਹੜਾ ਬਲਾ ਥੋਨਾ ਤਾਤਾ ਉਹਨਾਂ ਨੇ, ਔਰ ਥੇਰਵਾਨੀ ਉਹਨਾਂ ਨੇ ਥਵਾਉਣੀ ਸੀ, ਪਰ ਤੂੰ ਮਦਨੇ ਤਹਿ ਤਾਂ ਥੇਰਵਾਨੀ ਲੈਣ ਦਿਓ ਤੁਸੀਂ ਸਲਵਾਤਮੀ ਦੇ ਵਿੱਚ ਹੀ ਜਰਾ ਨਾ ਆਕਤੇ ਹਲਫ ਤੋਂ ਤਲੋ ਬਾਅਦ ਤੁੱਤ ਨਾਲ ਹੀ ਦਾਰਾ ਤਲੋ ਤੁਸੀਂ ਹਲਫ ਜਲਦੀ ਆ ਦੋ ਉਹਨਾਂ ਨੇ ਤਿਆ। ਵੈਰੀ ਗੁੱਡ, ਪਤਾ ਕਿ ਪਹਿਲਾਂ ਤਾਂ ਸਾਡੇ ਪਾਕਿਸਤਾਨ ਦਾ ਐਸਾ ਖੂਬਸੂਰਤ ਗੁੱਡ ਲੁੱਕ ਜਿਹੜਾ ਵਜ਼ੀਰ ਆਜ਼ਮ ਬਣ ਲੱਗਾ ਵਾ, ਨਹੀਂ ਤਾਂ ਤੈਨੂੰ ਪਤਾ ਹੀ ਹੈ ਕਿਸੇ ਦਾ ਢਿੱਡ ਬਾਹਰ ਆ ਕਿਸੇ ਦੇ ਸਿਰ ਤੇ ਵਾਲ ਹੈ ਨਹੀਂਗੇ। ਨਹੀਂ, ਸੋਹਣਾ ਤਾਂ ਮੈਨੂੰ ਹਰ ਤਰੀਕੇ ਨਾਲ ਲੱਗਦਾ ਵਾ, ਭਾਵੇਂ ਸ਼ੇਰਵਾਨੀ ਪਾਵੇ, ਭਾਵੇਂ ਬੈਨ ਵਾਲਾ ਸੂਟ ਪਾਵੇ। ਹਾਏ ਲਾ, ਅੱਥਾ ਤੇ ਬਹੁਤਾ ਹੀ ਸੋਹਣਾ ਲੱਗਦਿਆ, ਤੇ ਵਿਆਹ ਤਾਂ ਲਓ ਉਹਨਾਂ ਦੇ ਨਾਲ। ਵਿਆਹ